సండే నాకు ఈ ఔరత అది చూసి నికలా పూరి జిందగీ గారు ఆరు బందే ముందు కేగి నీ ఓ నాడ కితే ఉంది నాడ బ్రో ఓ నాడ కితే ఉంది హాత్ లగా నా మహా జన్న సమజ ఆ జవే తే మెహర్బానీ ఏ కర్నీ ఆ తే గర్బాబది బేగం తే కరే ਇਹ ਨਾ ਦੇ ਨਾਲ ਮੈਂ ਸਮਝਾਵਾਂ ਤਾਂ ਮਜਮੇ ਦੇ ਵੇਲੇ ਹੋਵੋ ਅਚਾਨ ਘਰ ਦੀ ਬੈਗ ਨਾਲ ਲਾਉਂਦੇ ਸੋਹਣਿਆ ਇਹ ਚਿੱਤਰ ਬੜੇ ਪੈਂਦੇ ਤੇਰੀ ਉਮਰ ਜਿਹੜਾ ਬੰਦਾ ਕਿਸੇ ਦੀ ਮਾਂ ਦਾ ਹਿਆ ਨਹੀਂ ਕਰਦਾ ਕਿਸੇ ਦੀ ਭੈਣ ਦਾ ਵੀ ਨਹੀਂ ਕਰਦਾ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਕੋਈ ਪਤਾ ਨਾੜ ਕਿਸੇ ਇਹਨਾਂ ਬੰਦਾ ਤੇ ਕੱਢ ਗਿਆ ਤਾਂ ਮੇਰੇ ਕੋਲ ਅੱਗੇ ਆ ਵੇਖੋ ਜੀ ਹਲੋ ਆਪਣੀ ਅੱਗ ਬੁਝਾ ਲਿਓ ਜੀ ਕਮੇਟੀ ਵਾਲਾ ਬੁਝਾਉਣੀ ਉਹ ਮਰਦ ਵਿੱਚ ਇੱਕ ਹਿੱਸਾ ਗਰਮੀ ਕਿਸੇ ਸ਼ਹਿਰ ਨੂੰ ਆਵੇ ਬੜੇ ਗੌਰ ਨਾਲ ਵੇਖਦੇ ਨੇ ਕਈ ਸੱਪਾਂ ਨੂੰ ਵੇਖਦੇ ਨੇ ਔਰ ਕਈ ਬੰਦੇ ਆ ਜਾਨਵਰ ਨੂੰ ਦੇਖਦੇ ਤੋਂ ਬਾਅਦ ਇਹਨੂੰ ਬੋਲਦੇ ਆ ਮਗਰਮੱਛ ਦਾ ਬੱਚਾ ਅੱਲਾਹ ਤਾਲਾ ਵੀ ਕਈ ਬੰਦੇ ਨੂੰ ਕਹਿੰਦੇ ਨੇ ਪਹਾੜੀ ਕਰਲਾ ਕਈ ਇਹਨੂੰ ਗੋ ਦਾ ਬੱਚਾ ਕਹਿੰਦੇ ਇਹ ਨਾ ਤੇ ਮਗਰਮੱਛ ਦਾ ਬੱਚਾ ਨਾ ਪਹਾੜੀ ਕਰਲਾ ਨਾ ਗੋ ਦਾ ਬੱਚਾ ਉਹ ਜਿਹੜਾ ਸਮਾਂ ਕਿ ਟਾਈਮ ਤੇ ਇੱਕ ਮੱਝ ਲਾਉਂਦਾ ਕਿ ਟਾਈਮ ਤੇ ਪੰਜ ਪੰਜ ਮੱਝਾਂ ਲਾਉਂਦਾ ਨਹੀਂ ਤਾਂ ਦਾ ਦੇ ਇਹਦਾ ਕਿ ਨੰਬਰ ਤੇ ਲੱਭਦਾ ਨਹੀਂ ਆ ਦੁਨੀਆ ਨਾਲ ਲੈਂਦੀ ਮੈਂ ਤੇਰੇ ਕਦਮਾਂ 'ਚ ਬਹਿ ਕੇ ਤਿਆਰ ਕਰਾਂ ਲੱਭ ਜਾਵੇ ਉਮਰ ਤੇਰੀ 100 ਸਾਲ ਦੀ ਆ 100 ਸਾਲ ਦਾ ਬਜ਼ੁਰਗ ਇਸਤੇਮਾਲ ਕਰ ਲਵੇ ਆਪਣੀ ਬਾਹ ਖੜੀ ਕਰਕੇ ਨਹੀਂ ਗੱਲ ਕਰੇਗਾ ਮੈਂ ਆਪਣੀ ਗੈਰਤ ਦਾ ਦਫਾ ਕਰ ਇਹ 2000 ਰੁਪਇਆ ਜਾਨਵਰ ਮੇਰੀ ਆਪਣੀ ਦਾਦੀ ਖਰੀਦ ਹੈ ਕਿੱਦਾਂ ਸਾ 15 ਦਾ ਨਹੀਂ ਲੱਭਦਾ 2000 ਰੁਪਏ ਨੂੰ ਮੈਂ ਆਪਣੀ ਜੇਬ 'ਚ ਲਗਾ ਦੀ ਅੱਗ ਲਓ ਅਗਰ ਇਹ ਬਣ ਗਿਆ ਮੈਂ 4-4 ਕਤਰੇ ਨਜ਼ਰੇ ਅੱਲਾ ਨਿਆਜ਼ੇ ਹੁਸੈਨ ਵੱਡਿਆ ਵੱਡਿਆ ਬੰਦਿਆਂ ਨੂੰ ਫਰੀ ਦੇਣੇ ਜਿਹਦਾ ਕੋਈ ਪੈਸਾ ਨਹੀਂ ਆਪਣੇ ਨਾਲ ਮੈਂ ਸਲਾਮ ਕਰਨਾ ਮੈਂ ਚਲਾ ਜਾਣਾ ਫਿਰ ਜੱਗ ਜਾਂਦੇ ਆ ਮੇਲੇ ਸਾਊਦੀ ਅਰਬ ਦੇ ਲੋਕ ਇਹਦਾ ਗੋਸ਼ ਖਾਂਦੇ ਇਹ ਹਰਾਮ ਨਹੀਂ ਆ ਹਲਾਲ ਨਹੀਂ ਆ ਮਕਰੂਹ ਹੈ ਦਿਲ ਮੰਨਦਾ ਜੇ ਖਾਓ ਨੀ ਦਿਲ ਮੰਨਦਾ ਰਹਿੰਦੇ ਇਹਦਾ ਤੇਲ ਲਗਾਉਂਦੇ ਨੇ 8-8 ਸ਼ਾਦੀਆਂ ਕਰਦੇ ਆ 12-12 ਕਰੀਦਾ ਰੱਖਦੇ ਆ ਜ਼ਿੰਦਗੀ 'ਚ ਕਮਜ਼ੋਰੀ ਮਹਿਸੂਸ ਨਹੀਂ ਕਰਦੇ ਔਰ ਸਿਲੰਡਰ ਐਵੇਂ ਹੁੰਦਾ ਜਿਵੇਂ ਪਾਕਿਸਤਾਨੀ ਬੋਲੀ ਹੁੰਦੀ ਧਰਮ ਦੇ ਪੇੜ ਵਿੱਚ ਮੇਰੇ ਅੱਲਾ ਨੇ ਕਸਤੂਰੀ ਪੈਦਾ ਕੀਤੀ ਆਹ ਚਰਬੀ ਆ ਸੋਨੇ ਰੰਗ ਦੀ ਇਹਦੇ ਪੇੜ ਵਿੱਚ ਮੇਰੇ ਮਾਲਕ ਨੇ ਚਰਬੀ ਪੈਦਾ ਕੀਤੀ ਜਿਹਦਾ ਰੰਗ ਸੋਨੇ ਵਰਗਾ ਇਹ ਕੰਮ ਨੀ ਸੋਨੇ ਵਰਗਾ ਕਰਦੀ ਮਗਰ ਇੱਕ ਨੰਬਰ ਖਾਲਸ ਹੋਵੇ 2 ਨੰਬਰ ਨਾ ਹੋਵੇ ਆ ਲਾ ਲਓ 4-4 ਕਤਰੇ ਇਹਦੇ ਲਾਉਣ ਦਾ ਤਰੀਕਾ ਸੁਣ ਲਓ ਆਹ ਨਾੜ ਦੇ ਸ਼ਕੀਨ ਨਾਲ ਦੇਖੋ ਆਹ ਹੁੰਦੀ ਆ ਦੀ ਉਹ ਨਾਲ ਤਿਆਰ ਕਿਸ ਵਾਸਤੇ ਕਰ ਰਿਹਾ ਮੇਰੇ ਬਣਾਉਣ ਦਾ ਮਕਸਦ ਕੀ ਦਰਦ ਕਿਤੇ ਦੀ ਆ ਗੋਡੇ ਦੀ ਆ ਮੋਢੇ ਦੀ ਅੱਜ ਹੀ ਫੁੱਟਬਾਲ ਕ੍ਰਿਕਟ ਖੇਡਦੇ ਇਸ ਬੰਦੇ ਦੇ ਕਾਰੋਬਾਰ ਇਹ ਕਿਸ ਮਰਦ ਵਾਸਤੇ ਹੈ ਸਾਡਾ ਮਾਰ ਕਰਾਣੇ ਕਰਾਣਾ ਜਿਵੇਂ ਜਨਾਨੀਆਂ ਦਾ ਕੰਮ ਆਪਣੇ ਨਾਲ ਕਰਾਉਣਾ ਉਹਨੇ ਤੇਲ ਪਹੁੰਚ ਲੈਣਾ ਨਾ ਮਰਦਾਂ ਵਾਸਤੇ ਤਿਆਰ ਕੀਤਾ